ਲੜਕੇ ਪੇਕੇ ਗਈ ਮਹਿਲਾ ਨੂੰ ਕੁਚਲ ਗਿਆ ਟਰੱਕ, ਮੂੰਹ ਉੱਪਰ ਦੀ ਲੰਘ ਗਿਆ ਟਰੱਕ ਦਾ ਟਾਇਰ, ਮਾਂ ਤੇ ਭਰਾ ਦੀਆਂ ਅੱਖਾਂ ਸਾਹਮਣੇ ਹੀ ਹੋਈ ਮਹਿਲਾ ਦੀ ਮੌਤ। ਤਾਂ ਦੱਸ ਦੇ ਕਿ ਵੱਡਾ ਹਾਦਸਾ ਹੋਇਆ ਜਿੱਥੇ ਮਹਿਲਾ ਆਪਣੇ ਭਰਾ ਅਤੇ ਮਾਂ ਦੇ ਨਾਲ ਬਾਈਕ 'ਤੇ ਸਵਾਰ ਹੋ ਕੇ ਰਿਸ਼ਤੇਦਾਰਾਂ ਦੇ ਜਾ ਰਹੀ ਸੀ, ਤਾਂ ਰਸਤੇ ਦੇ ਵਿੱਚ ਇੱਕ ਟਰੱਕ ਨੇ ਭਿਆਨਕ ਟੱਕਰ ਮਾਰੀ ਅਤੇ ਮਹਿਲਾ ਦੇ ਉੱਪਰ ਦੀ ਟਰੱਕ ਦਾ ਟਾਇਰ ਲੰਘ ਜਾਂਦਾ ਹੈ ਅਤੇ ਮਹਿਲਾ ਦੀ ਮੌਤ ਹੋ ਜਾਂਦੀ ਹੈ। ਅਤੇ ਦੱਸ ਦਈਏ ਕਿ ਇਸ ਮਹਿਲਾ ਦੀ ਮਾਂ ਅਤੇ ਭਰਾ ਦੀ ਜਾਨ ਇਸ ਹਾਦਸੇ ਦੇ ਵਿੱਚ ਵਾਲ ਵਾਲ ਬਚਦੀ ਹੈ, ਪਰ ਮਾਂ ਅਤੇ ਭਰਾ ਦੀਆਂ ਅੱਖਾਂ ਸਾਹਮਣੇ ਹੀ ਇਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ। ਤਾਂ ਦੱਸ ਦਈਏ ਕਿ ਇਹ ਮਾਮਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਮਹਿਲਾ ਆਪਣੇ ਪਤੀ ਦੇ ਨਾਲ ਲੜ ਕੇ ਪੇਕੇ ਗਈ ਹੋਈ ਸੀ। ਤਾਂ ਇਸ ਦੌਰਾਨ ਜਦੋਂ ਇਹ ਆਪਣੇ ਪੇਕਿਆਂ ਦੇ ਨਾਲ ਰਿਸ਼ਤੇਦਾਰਾਂ ਦੇ ਜਾ ਰਹੀ ਸੀ, ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਭਿਆਨਕ ਟੱਕਰ ਮਾਰੀ। ਤਾਂ ਟੱਕਰ ਤੋਂ ਬਾਅਦ ਇਹ ਹੇਠਾਂ ਡਿੱਗ ਜਾਂਦੇ ਨੇ ਅਤੇ ਟਰੱਕ ਦਾ ਟਾਇਰ ਮਹਿਲਾ ਦੇ ਸਿਰ ਉੱਪਰ ਦੀ ਕੁਚਲਦਾ ਹੋਇਆ ਲੰਘ ਜਾਂਦਾ ਹੈ। ਤਾਂ ਮੌਕੇ 'ਤੇ ਹੀ ਇਸ ਮਹਿਲਾ ਦੀ ਮੌਤ ਹੋ ਗਈ ਅਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਜਦਕਿ ਟਰੱਕ ਡਰਾਈਵਰ ਮੌਕੇ 'ਤੇ ਹੀ ਟਰੱਕ ਛੱਡ ਕੇ ਫਰਾਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਜਦ ਪੁਲਿਸ ਨੂੰ ਮਿਲਦੀ ਹੈ, ਤਾਂ ਮੌਕੇ 'ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਜਾਂਦਾ ਹੈ ਅਤੇ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿੱਥੇ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਾਲ ਕੀਤੀ ਸੀ ਵੀ ਇੱਥੇ ਐਕਸੀਡੈਂਟ ਹੋਇਆ, ਅਤੇ ਸਮਾਜ ਸੇਵਾ ਸੁਸਾਇਟੀ ਦੀਆਂ ਦੋਨੇ ਹੀ ਅਸੀਂ ਗੱਡੀਆਂ ਅਤੇ ਨਾਲ ਦੀ ਨਾਲ ਹੀ ਇੱਥੇ ਜਿਹੜੀ ਘਟਨਾ ਸਥਾਨ 'ਤੇ ਪਹੁੰਚਾਈਆਂ ਵਾ। ਜਿੱਥੇ ਕਿ ਆ ਹਾਲਤ ਵੇਖੀ ਕਿ ਉਹ ਬਹੁਤ ਹੀ ਨਾਜ਼ੁਕ ਹਾਲਤ ਸੀ, ਜਿਹੜੀ ਕਿ ਇੱਕ ਲੇਡੀਜ਼ ਅਤੇ ਜਾਂ ਦੋ ਲੇਡੀਜ਼ ਸੀਗੀਆਂ, ਇੱਕ ਜੈਂਟ ਸੀ, ਜਿਹੜੀ ਕਿ ਇੱਕ ਲੇਡੀਜ਼ ਦੀ ਇੱਕ ਘੋੜੇ ਦੇ ਥੱਲੇ ਆਉਣ ਨਾਲ ਬਹੁਤ ਦਰਦਨਾਕ ਜਿਹੜੀ ਮੌਤ ਹੋ ਗਈ ਆ, ਅਤੇ ਜਿਹੜੀ ਕਿ ਦੇਖਣ ਯੋਗੀ ਵੀ ਨੀਗੀ। ਅਤੇ ਜਿਹੜੀ ਆ ਦੋ ਇੱਕ ਹੋਰ ਭੈਣ ਆ, ਉਹਨਾਂ ਦੇ ਸੱਟਾਂ ਲੱਗੀਆਂ ਵਾ, ਅਤੇ ਕਿਹੜਾ ਵੀਰ ਮੋਟਰਸਾਈਕਲ ਚਲਾਉਂਦਾ ਵੀ ਉਹਦੇ ਵੀ ਮਾਈਨਰ ਸੱਟਾਂ ਵਾ, ਮਤਲਬ ਕਿ ਇੱਕ ਦੀ ਡੈਥ ਜਿਹੜੀ ਹੋ ਚੁੱਕੀ ਆ ਜੀ। ਕਰੀਬ 35 ਸਾਲ ਦੀ ਲੱਗਦੀ ਹੈ, 30-35 ਸਾਲ ਦੀ ਏਜ ਹੋਊਗੀ, ਅਤੇ ਬਾਕੀ ਤਾਂ ਜੋ ਜਾਂ ਆਧਾਰ ਕਾਰਡ ਤੋਂ ਜਾਂ ਉਹਨਾਂ ਦੇ ਪਰਿਵਾਰ ਮੈਂਬਰਾਂ ਦੇ ਪਤਾ ਲੱਗੂਗਾ ਵੀ ਇਹਨਾਂ ਦੀ ਉਮਰ ਕਿੰਨੀ ਆ। ਇਹਦੇ ਬਾਰੇ ਜਾਣਕਾਰੀ, ਸਾਨੂੰ ਇੱਕ ਫੋਨ ਆਇਆ ਸੀ ਵੀ ਨੈਸਲੇ ਡੇਅਰੀ ਦੇ ਕੋਲ ਇੱਕ ਐਕਸੀਡੈਂਟ ਹੋਇਆ, ਜਿਹੜਾ ਮੌਕੇ 'ਤੇ ਪੁੱਜੇ ਆਣ ਕੇ ਦੇਖਿਆ ਵੀ ਇੱਕ ਟਰੱਕ ਅਤੇ ਥੱਲੇ ਇੱਕ ਔਰਤ, ਮ੍ਰਿਤਕ ਦਾ ਨਾਂ ਹੈਗਾ ਖੁਸ਼ਪ੍ਰੀਤ ਕੌਰ, ਉਹ ਜਿਹੜੀ ਆਪਦੀ ਮਾਤਾ ਆਪਦੀ ਭੈਣ ਸੀ ਇੱਥੇ ਰਹਿੰਦੀ ਆਪਣੇ ਮੌਕੇ, ਉਹਦੇ ਕੋਲੋਂ ਮਿਲਣ ਵਾਸਤੇ ਆਈ ਸੀ, ਘਰ ਵਾਲੇ ਨਾਲ ਇਹਦਾ ਕੋਈ ਰੌਲਾ ਚੱਲਦਾ ਸੀ ਦੱਸਣ ਮੁਤਾਬਕ, ਅਤੇ ਆਪਦੀ ਮਾਂ ਇਹਦੀ ਰਹਿੰਦੀ ਖੋਸਾ ਆ ਝੂੜ ਚੱਕ ਉੱਚੇ ਆਹਦਾ ਦੌਲਤਪੁਰਾ ਉੱਚਾ ਰਹਿੰਦੀ ਸੀ, ਉੱਥੇ ਮਤਲਬ ਜਾ ਰਹੇ ਸੀ ਅਤੇ ਅਚਾਨਕ ਹੀ ਉੱਥੋਂ ਟਰੱਕ ਆ ਰਿਹਾ ਜੀ, ਟਰੱਕ ਦੇ ਥੱਲੇ ਟਾਇਰਾਂ ਥੱਲੇ ਆ ਗਈ, ਜਿਹਦੀ ਮੌਕੇ 'ਤੇ ਮੌਤ ਹੋ ਗਈ ਹੈ ਜੀ, ਅਤੇ ਜਿਹਨੂੰ ਹੁਣ ਲੱਭ ਕੇ ਗੱਡੀ ਐਂਬੂਲੈਂਸ 'ਤੇ ਅਤੇ ਡੈੱਡ ਬੋਡੀ ਜਿਹੜੀ ਸਿਵਲ ਹਸਪਤਾਲ ਪਹੁੰਚਾ ਦਿੱਤੀ, ਅਤੇ ਡਰਾਈਵਰ ਜਿਹੜਾ ਹੈ ਉਹ ਫਰਾਰ ਹੈ ਜੀ, ਉਹਦੀ ਭਾਲ ਕਰ ਰਹੇ। ਹਾਂ, ਟਰੱਕ ਕਬਜ਼ੇ ਹੀ ਲੈ ਲਿਆ ਜੀ, ਡੈੱਡ ਬੋਡੀ ਵੀ ਕਬਜ਼ੇ ਹੀ ਲੈ ਕੇ ਅਤੇ ਉੱਥੇ ਹੋਸਪਿਟਲ ਪਹੁੰਚਾ ਦਿੱਤੀ ਹੈ ਜੀ। ਇਹ ਮੋਟਰਸਾਈਕਲ 'ਤੇ ਆ ਰਹੇ ਜੀ, ਆਪਣੇ ਇਹਨਾਂ ਦੀ ਮਾਤਾ ਸੀ ਨਾਲ ਇੱਕ ਭਰਾ ਸੀ, ਇਹ ਮੋਟਰਸਾਈਕਲ 'ਤੇ ਆ ਰਹੇ ਸੀ ਜੀ, ਅਚਾਨਕ ਹੀ ਕਿਤੋਂ ਤੋਂ ਟਰੱਕ ਆ ਗਿਆ ਅਤੇ ਟਰੱਕ 'ਤੇ ਵੱਜਣ ਕਰਕੇ ਕਿਤੇ ਨਾਲ ਇਹਦੀ ਮੌਕੇ 'ਤੇ ਹੀ ਮੌਤ ਹੋ ਗਈ।